ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਜਿਹੜੀਆਂ ਮੁਸੀਬਤਾਂ ਨੇ ਉਹ ਘਟਣ ਦਾ ਨਾਂ ਨਹੀਂ ਲੈ ਰਹੀਆਂ। ਨਿੱਤ ਨਵਾਂ ਜਿਹੜਾ ਕੋਈ ਨਾ ਕੋਈ ਰੇੜਕਾ ਉਹਨਾਂ ਵਾਸਤੇ ਖੜਾ ਹੁੰਦਾ ਜਾ ਰਿਹਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੰਘੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫ਼ੀ ਵੀ ਮੰਗੀ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਹਦੇ ਲਈ ਉਹ ਮਾਫ਼ੀ ਮੰਗਦੇ ਨੇ। ਪਰ ਹਾਲੇ ਇਸ ਮਾਫ਼ੀ ਨੂੰ ਸੰਗਤ ਨੇ ਪ੍ਰਵਾਨ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਕੋਈ ਰਾਏ ਕੋਈ ਜਿਹੜਾ ਮਸ਼ਵਰਾ ਸਾਹਮਣੇ ਨਹੀਂ ਆਇਆ। ਪਰ ਵੀਕੇ ਤਿਵਾੜੀ ਹੋਣਾ ਦੀ ਇੱਕ ਰਿਪੋਰਟ ਸਾਹਮਣੇ ਆ ਗਈ। ਵੀਕੇ ਤਿਵਾੜੀ ਪੰਜਾਬ ਦੇ ਸਾਬਕਾ ADGP ਸੀਗੇ, ਜੋ ਉਸ ਵੇਲੇ ADGP ਸੀਗੇ ਜਦੋਂ ਪੰਜਾਬ ਦੇ ਵਿੱਚ ਉਗਰਵਾਦ ਦਾ ਟਾਈਮ ਸੀ, ਕਾਲਾ ਦੌਰ ਸੀਗਾ ਉਸ ਵੇਲੇ ਜਦੋਂ ਕਤਲੋਗਾਰਤ ਹੋ ਰਹੀ ਸੀ, ਨਜਾਇਜ਼ ਮੁੰਡੇ ਜਿਹੜੇ ਆ ਉਹ ਮਾਰੇ ਜਾ ਰਹੇ ਸੀਗੇ, ਟੈਰਰਿਜ਼ਮ ਦਾ ਜਿਹੜਾ ਇੱਕ ਸਮਾਂ ਸੀਗਾ। ਇਸੇ ਦੌਰਾਨ ਜਿਹੜੀ ਇਹ ਰਿਪੋਰਟ ਸਾਹਮਣੇ ਆਈ ਉਹਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਮੁਸੀਬਤਾਂ ਦਾ ਇੱਕ ਪਹਾੜ ਕਹਿ ਲਈਏ ਉਹ ਲਿਆ ਖੜਾ ਕਰ ਦਿੱਤਾ। 25 ਦਸੰਬਰ 1992 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਐਕਟਿੰਗ ਜਥੇਦਾਰ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਜਗਰਾਓਂ ਪੁਲਿਸ ਚੁੱਕ ਲੈਂਦੀ ਹੈ। ਉਹਨਾਂ ਨੂੰ ਇਸ ਕਰਕੇ ਚੁੱਕਿਆ ਜਾਂਦਾ ਹੈ ਕਿ ਗੁਰਦੇਵ ਸਿੰਘ ਕੌਂਕੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਇਹਨਾਂ ਦੇ ਕੁਝ ਜਿਹੜੇ ਦੇਸ਼ ਵਿਰੋਧੀ ਅਨਸਰ ਹੈ ਉਹਨਾਂ ਦੇ ਨਾਲ ਇਹਨਾਂ ਦੇ ਸੰਬੰਧ ਹੈ। ਪੁਲਿਸ ਇਹਨਾਂ ਨੂੰ ਇਨਵੈਸਟੀਗੇਸ਼ਨ ਵਾਸਤੇ ਲੈ ਕੇ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਇਸੇ ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਦੀ ਅਤੇ ਗੁਰਦੇਵ ਸਿੰਘ ਕੌਂਕੇ ਦੀ ਆਪਸ ਦੇ ਵਿੱਚ ਕਾਹਾ ਸੁਣੀ ਇੰਨੀ ਵੱਧ ਜਾਂਦੀ ਹੈ ਕਿ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ। ਪੁਲਿਸ ਦੇ ਇੰਸਪੈਕਟਰ ਗੁਰਮੀਤ ਸਿੰਘ ਹੁੰਦੇ ਨੇ ਉਸ ਵੇਲੇ ਜਗਰਾਓਂ, ਉਹ ਗੁਰਦੇਵ ਸਿੰਘ ਕੌਂਕੇ ਹੋਣਾ 'ਤੇ ਇੰਨਾ ਤਸ਼ੱਦਦ ਕਰਦੇ ਆ ਕਿ ਉਹਨਾਂ ਦੀ ਮੌਤ ਹੋ ਜਾਂਦੀ। ਹਾਲਾਂਕਿ ਵੀਕੇ ਤਿਵਾੜੀ ਹੋਣਾ ਦੀ ਰਿਪੋਰਟ ਦੇ ਵਿੱਚ ਇਹ ਗੱਲ ਨਹੀਂ ਲਿਖੀ ਗਈ ਕਿ ਉਹਨਾਂ ਦੀ ਮੌਤ ਹੋ ਗਈ, ਇਹ ਮੈਂ ਤੁਹਾਨੂੰ ਦੱਸਦਾ ਕਿ ਰਿਪੋਰਟ ਦੇ ਵਿੱਚ ਕੀ ਲਿਖਿਆ ਗਿਆ। ਰਿਪੋਰਟ ਦੇ ਵਿੱਚ ਇਹ ਲਿਖਿਆ ਗਿਆ ਕਿ 2 ਜਨਵਰੀ 1996 ਨੂੰ ਤਕਰੀਬਨ 8 ਕੁ ਦਿਨਾਂ ਬਾਅਦ ਗੁਰਦੇਵ ਸਿੰਘ ਕੌਂਕੇ ਜਿਹੜੇ ਆ ਪੁਲਿਸ ਹਿਰਾਸਤ 'ਚੋਂ ਭੱਜ ਜਾਂਦੇ ਆ, ਔਰ ਰਿਪੋਰਟ ਦੇ ਅਨੁਸਾਰ ਅੱਜ ਤੱਕ 31 ਸਾਲ ਬਾਅਦ ਗੁਰਦੇਵ ਸਿੰਘ ਕੌਂਕੇ ਜਿਹੜੇ ਆ ਉਹ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਫਰਾਰ ਚੱਲ ਰਹੇ ਆ। ਪਰ ਸੂਤਰ ਇਹ ਦੱਸਦੇ ਨੇ ਕਿ ਗੁਰਦੇਵ ਸਿੰਘ ਕੌਂਕੇ ਹੋਣਾ ਨਾਲ ਇੰਨੀ ਜ਼ਿਆਦਾ ਤਸ਼ੱਦਦ ਕੀਤੀ ਗਈ, ਇੰਨਾ ਜ਼ਿਆਦਾ ਉਹਨਾਂ ਦੇ ਨਾਲ ਟੋਰਚਰ ਕੀਤਾ ਗਿਆ ਕਿ ਉਹਨਾਂ ਦੀ ਮੌਤ ਹੋ ਗਈ, ਔਰ ਬਾਅਦ 'ਚੋਂ ਉਹਨਾਂ ਦੀ ਜਿਹੜੀ ਬੋਡੀ ਸੀਗੀ ਉਹਨੂੰ ਖੁਰਦ ਬੁਰਦ ਕਰਕੇ ਸਤਲੁਜ ਦਰਿਆ ਦੇ ਵਿੱਚ ਵਹਾ ਦਿੱਤਾ ਗਿਆ। 97 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਪੰਜਾਬ 'ਚ ਬਣ ਜਾਂਦੀ ਹੈ, ਔਰ ਇਹ ਸਰਕਾਰ ਬਣਦੀ ਇਸੇ ਆਧਾਰ 'ਤੇ ਹੈ ਕਿ ਜੋ ਕੁਝ ਸਿੱਖਾਂ ਦੇ ਨਾਲ ਹੋਇਆ ਅਸੀਂ ਉਹਦਾ ਬਦਲਾ ਲਵਾਂਗੇ, ਅਸੀਂ ਪਰਿਵਾਰਾਂ ਨੂੰ ਇਨਸਾਫ ਦਵਾਵਾਂਗੇ। ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ 1997 ਦੇ ਵਿੱਚ। ਪਰ 1999 ਦੇ ਵਿੱਚ ਜਦੋਂ ਇਹ ਵੀਕੇ ਤਿਵਾੜੀ ਹੋਣਾ ਦੀ ਰਿਪੋਰਟ ਆਉਂਦੀ ਹੈ ਤਾਂ ਇਸ ਰਿਪੋਰਟ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਉਹ ਦੱਬ ਲੈਂਦੀ ਹੈ, ਇਸ ਰਿਪੋਰਟ ਨੂੰ ਜਨਤਕ ਹੀ ਨਹੀਂ ਕਰਦੇ। ਹਾਲਾਂਕਿ ਜਿਹੜੇ ਕਾਰਜਕਾਰੀ ਜਥੇਦਾਰ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਦਾ ਇਹ ਮਾਮਲਾ ਹੁੰਦਾ, ਉਹਨਾਂ ਦੀ ਗੁੰਮਸ਼ੁਦਗੀ ਦਾ ਇਹ ਮਾਮਲਾ ਹੁੰਦਾ, ਬਾਵਜੂਦ ਇਸਦੇ ਇਸ ਮਾਮਲੇ ਨੂੰ ਉਜਾਗਰ ਹੀ ਨਹੀਂ ਕੀਤਾ ਜਾਂਦਾ। ਕਿਉਂ ਨਹੀਂ ਕੀਤਾ ਜਾਂਦਾ, ਇਹਦੇ ਪਿੱਛੇ ਕੀ ਮਜਬੂਰੀਆਂ ਰਹੀਆਂ ਹੋਣੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ, ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੱਸ ਸਕਦਾ। ਪਰ ਹੁਣ ਜਦੋਂ ਇਹ ਰਿਪੋਰਟ ਜਨਤਕ ਹੋ ਗਈ ਜਿਹਦੇ ਵਿੱਚ ਇਹ ਗੱਲ ਦੱਸੀ ਜਾ ਰਹੀ ਹੈ ਕਿ 31 ਸਾਲ ਤੋਂ ਜਿਹੜੇ ਗੁਰਦੇਵ ਸਿੰਘ ਕੌਂਕੇ ਨੇ ਉਹ ਪੁਲਿਸ ਦੇ ਰਿਪੋਰਟ ਦੇ ਮੁਤਾਬਕ, ਪੁਲਿਸ ਦੇ ਜਿਹੜੇ ਰਿਕਾਰਡਸ ਆ ਉਹਨਾਂ ਦੇ ਮੁਤਾਬਕ ਉਹ ਗੁੰਮਸ਼ੁਦਾ ਨੇ, ਪਰ ਸੂਤਰ ਇਹ ਦੱਸਦੇ ਆ ਕਿ ਉਹਨਾਂ 'ਤੇ ਤਸ਼ੱਦਦ ਹੀ ਇੰਨਾ ਕੀਤਾ ਗਿਆ ਕਿ ਉਹਨਾਂ ਦੀ ਡੈਥ ਹੋ ਗਈ, ਔਰ ਬਾਅਦ 'ਚ ਉਹਨਾਂ ਦੀ ਬੋਡੀ ਨੂੰ ਖੁਰਦ ਬੁਰਦ ਕੀਤਾ ਗਿਆ ਔਰ ਵਹਾ ਦਿੱਤੀ ਗਈ ਸਤਲੁਜ ਦੇ ਵਿੱਚ। ਇਸ ਦੌਰਾਨ ਜਿਹੜੇ ਵੱਡੇ ਆਫਿਸਰ ਸੀਗੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ 'ਤੇ ਨਾਮ ਆਉਂਦਾ SSP ਸਵਰਨ ਸਿੰਘ ਘੋਟਣਾ ਦਾ, ਕਿ ਸਵਰਨ ਸਿੰਘ ਘੋਟਣਾ ਜਿਹੜੇ ਆ ਉਸ ਵੇਲੇ SSP ਸੀਗੇ, ਉਹਨਾਂ ਦੇ ਆਖੇ ਹੋਇਆ, ਹੁਣ ਉਹਨਾਂ ਨੇ ਕਿਹਦੇ ਕਹਿਣ 'ਤੇ ਕੀਤਾ ਇਹ ਤਾਂ ਪਤਾ ਨਹੀਂ, ਪਰ ਜਿਹੜੀ ਰਿਪੋਰਟ ਜਿਹੜੀ ਇਨਵੈਸਟੀਗੇਸ਼ਨ ਹੋਈ ਉਸ ਰਿਪੋਰਟ ਨੂੰ ਦੱਬਿਆ ਕਿਉਂ ਗਿਆ, ਉਸ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ,
ਉਹਨਾਂ ਪੁਲਿਸ ਆਫਿਸਰਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਨ੍ਹਾਂ ਨੇ ਤਸ਼ੱਦਦ ਕੀਤਾ। ਹਾਲਾਂਕਿ ਸੀ ਬੀ ਆਈ ਕੋਰਟ ਦੇ ਵਿੱਚ ਜਦੋਂ ਇੱਕ ਮਾਮਲਾ ਆਇਆ ਸੀ ਜਿੱਥੇ ਇੱਕ ਗਵਾਹ ਜਿਹੜਾ ਜਿਹਨੂੰ ਪੁਲਿਸ ਨੇ ਇਹ ਦੱਸਤਾ ਸੀਗਾ ਕਿ ਐਨਕਾਊਂਟਰ 'ਚ ਮਾਰਿਆ ਗਿਆ ਅਜਨਾਲੇ, ਉਹ ਬੰਦਾ ਪਟਿਆਲੇ ਤੋਂ ਜ਼ਿੰਦਾ ਬਰਾਮਦ ਹੋਇਆ ਸੀਗਾ। ਇੱਦਾਂ ਦੇ ਬਹੁਤ ਸਾਰੇ ਕੇਸ ਹੈ। ਇਹ ਵੀ ਕੇਸ ਜਿਹੜਾ ਉਜਾਗਰ ਕੀਤਾ, ਇਹ ਵੀ ਹਿਊਮਨ ਰਾਈਟਸ ਦੇ ਕਾਰਕੁਨ ਨੇ, ਵਕੀਲ ਨੇ ਸਰਬਜੀਤ ਸਿੰਘ ਵੇਰਕਾ, ਉਹਨਾਂ ਦੀ ਮੁਸ਼ਕਤ ਦੇ ਨਾਲ ਹੀ ਇਹ ਰਿਪੋਰਟ ਜਿਹੜੀ ਹੈ ਸਾਹਮਣੇ ਆਈ ਹੈ। ਹੁਣ ਅਕਾਲੀ ਦਲ ਇਹ ਕਹਿ ਰਿਹਾ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ, ਸਾਡਾ ਕੋਈ ਰੋਲ ਹੀ ਨਹੀਂ ਹੈ। ਤੁਹਾਡਾ ਰੋਲ ਕਿੱਦਾਂ ਨਹੀਂ ਹੈ? ਤੁਹਾਡੀ 1997 ਦੇ ਵਿੱਚ ਸਰਕਾਰ ਸੀਗੀ, 1999 ਦੇ ਵਿੱਚ 2 ਸਾਲ ਬਾਅਦ ਇਹ ਰਿਪੋਰਟ ਆ ਗਈ, 2002 ਤੱਕ ਤੁਸੀਂ ਕਾਬਜ ਰਹੇ, ਉਹ ਤੋਂ ਬਾਅਦ 2007 ਦੇ ਵਿੱਚ ਆ ਗਏ ਤੁਸੀਂ, ਫਿਰ 2012 ਦੇ ਵਿੱਚ ਆ ਗਏ। ਇੱਕ ਲੰਮਾ ਸਮਾਂ ਤੁਸੀਂ ਸਰਕਾਰ ਹੰਢਾਈ ਹੈ, ਤੁਸੀਂ ਇਸ ਰਿਪੋਰਟ ਦੀ ਇਨਕੁਆਇਰੀ ਕਿਉਂ ਨਹੀਂ ਕਰਾਈ? ਇਹ ਲੋਕ ਸਵਾਲ ਕਰ ਰਹੇ ਨੇ। ਔਰ ਦੂਜੇ ਪਾਸੇ ਸੁਖਬੀਰ ਬਾਦਲ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਪੰਥ ਤੋਂ ਮਾਫ਼ੀ ਮੰਗਦੇ ਹਾਂ। ਖੈਰ ਦੇਖਦੇ ਹਾਂ, ਜਿੱਥੇ ਇੱਕ ਪਾਸੇ ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਮਾਫ਼ੀ ਮੰਗੀ ਔਰ ਉਹ ਤੋਂ ਕੁਝ ਦਿਨ ਮਗਰੋਂ ਹੀ ਇਹ ਰਿਪੋਰਟ ਜਿਹੜੀ ਹੈ ਜਨਤਕ ਹੋ ਜਾਂਦੀ ਆ, ਦੇਖਦੇ ਹਾਂ ਕਿ ਸੰਗਤ ਉਹਨਾਂ ਦੀ ਇਹ ਮਾਫ਼ੀ ਪ੍ਰਵਾਨ ਕਰਦੀ ਹੈ ਜਾਂ ਇਸ ਜਿਹੜੀ ਵਿਕੇ ਤਿਵਾੜੀ ਹੁਣਾਂ ਦੀ ਰਿਪੋਰਟ ਹੈ ਇਹਦੇ ਉੱਤੇ ਹੁਣ ਕਾਰਵਾਈ ਦੀ ਮੰਗ ਕਰਦੇ ਹਾਂ। Subscribe to One India channel and never miss an update.